ਸਸਕਾਲ ਜੀ ਇੰਡੀਆ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਗਿੱਲ ਮੋਲਟਨ ਦੀ ਸ਼ੁਰੂਆਤ ਕਰ ਲੈਂਦੇ ਆ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਵਿਧਾਨ ਸਭਾ ਚੋਣਾਂ ਦਾ ਸਮਾਂ ਤੇ ਇਹਨਾਂ ਚੋਣਾਂ ਦੇ ਲਈ ਚੋਣ ਪ੍ਰਚਾਰ ਵੀ ਇਹਨਾਂ ਦਿਨਾਂ ਦੇ ਵਿੱਚ ਪੂਰੀਆਂ ਜੋਰਾਂ ਸ਼ੋਰਾਂ ਤੇ ਆ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਪ੍ਰਚਾਰ ਕਰਦੇ ਵੀ ਨਜ਼ਰ ਆਉਂਦੇ ਨੇ ਤੇ ਆਮ ਆਦਮੀ ਪਾਰਟੀ ਦੇ ਅਮਰੀਕਸਰ ਪਛਮੀ ਤੋਂ ਉਮੀਦਵਾਰ ਨੇ ਜਸਵੀਰ ਸਿੰਘ ਸੰਧੂ ਉਹਨਾਂ ਦੇ ਵੱਲੋਂ ਵੀ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਕਈ ਕਾਂਗਰਸੀ ਪਰਿਵਾਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਸਮਰਥਨ ਵੀ ਮਿਲਿਆ ਤੇ ਜਸਵੀਰ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਦੋਵੇਂ ਰਵਾਇਤੀ ਪਾਰਟੀਆਂ ਨੇ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਸਿਰਫ ਲੁੱਟਿਆ ਤੇ ਜਸਵੀਰ ਸੰਧੂ ਦਾ ਦਾਵਾ ਹੈ ਕਿ ਇਸ ਵਾਰ ਉਹ ਡਾਕਟਰ ਰਾਜਕੁਮਾਰ ਬੇਰਕਾ ਨੂੰ ਹਰਾਉਣਗੇ ਗੱਲਬਾਤ ਦੌਰਾਨ ਹੋਰ ਕੀ ਕੁਝ ਉਮੀਦਵਾਰ ਜਸਵੀਰ ਸੰਧੂ ਦਾ ਕਹਿਣਾ ਉਹ ਵੀ ਜਾਣ ਲੈਣੇ ਆ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਰੋਕ ਆਮ ਆਦਮੀ ਪਾਰਟੀ ਨੂੰ ਇੰਝ ਪਸੰਦ ਕਰ ਰਿਹਾ ਜਿੱਦਾਂ ਬੜੇ ਜਿੱਦ-ਉਡੀ ਕਰਦੇ ਪਏ ਹੋਣ ਸੋ ਕੈਂਟ ਏਰੀਆ ਦੇ ਵਿੱਚ ਪ੍ਰਧਾਨ ਬੱਬੂ ਜੀ ਨੇ ਬਾਬਾ ਜੀ ਨੇ ਪੱਪੂ ਜੀ ਨੇ ਬਾਬਾ ਜੀ ਨੇ ਜਿੰਨਾ ਜਗਜੀਤ ਜੀ ਨੇ ਲਾਲੀ ਜੀ ਨੇ ਹੋਰ ਵੀ ਮੇਰੇ ਜਿੰਨੇ ਵਲੰਟੀਅਰ ਹੈ ਪਾਰਟੀ ਦੇ ਦਰਜਾਪੱਤਾ ਜਵਦੇਦਾਰ ਹਰਪ੍ਰੀਤ ਬੇਦੀ ਜੀ ਐਡਵੋਕੇਟ ਸਾਹਿਬ ਮਨਵੇ ਜੀ ਹੋਰ ਜਿੰਨੇ ਵੀ ਮੇਰੇ ਵੀਰ ਆਏ ਨੇ ਸਾਰਿਆਂ ਨੇ ਬਹੁਤ ਵੱਡੀ ਮਿਹਨਤ ਕਰਕੇ ਇੱਥੇ ਕੈਂਟ ਦੇ ਵਿੱਚ ਜਿਹੜਾ ਪਹਿਲਾਂ ਤੋਂ ਸਵੇ ਤੋਂ ਡੋ-ਡੂ-ਡੋ ਲੱਗੇ ਹੋਇਆ ਸੋ ਇਹ ਅਸੀਂ ਛੋਟੀ ਜੀ ਮੀਟਿੰਗੋਂ ਡੋ-ਡੂ-ਡੋ ਸਮਾਪਤ ਕਰਨ ਲੱਗੇ ਆ। ਤੋਂ ਇੰਨਾ ਸਾਰਿਆਂ ਦੀ ਮਿਹਨਤ ਸਦਕਾ ਬਹੁਤ ਵੱਡਾ ਹੁਲਾਰਾ ਮਿਲਿਆ ਸਾਨੂੰ। ਡੋਟਰ ਸਾਹਿਬ ਕਾਂਗਰਸ ਪਾਰਟੀ ਦੇ ਕੀ ਨਾਮ ਨੇ ਜਾਂਦੇ ਨੇ ਡਾਕਟਰ ਰਾਜ ਕੁਮਾਰ ਵੇਖਾ ਲੜਾਈ ਤੁਹਾਡੀ ਉਹਨਾਂ ਨਾਲ ਜਾ ਰਹੀ ਹੈ ਸਿਆਸੀ ਲੜਾਈ ਹੈ। ਕਿਸਨਾ ਦੇਖ ਰਹੇ ਹੋ? ਇਹ ਜਨਤਾ ਦੇ ਹੱਥ ਫੈਸਲਾ ਹੈ ਜੀ। ਜਨਤਾ ਕਹਿਣਾ ਲੜਦੀ ਨਹੀਂ ਜਨਤਾ ਇੱਕ ਤਰਫੀ ਫੈਸਲਾ ਦੇ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੋਟਸ ਪਰਨ ਸਮਰਥਨ ਦੇ ਰਹੀ ਹੈ ਅੱਜ ਵੀ ਕੈਂਟ ਏਰੀਆ ਦੇ ਵਿੱਚ ਤਕਰੀਬਨ 50 ਦੇ ਜਿਹੜੇ ਪਰਿਵਾਰ ਆ ਸਾਰੇ ਮੇਰੇ ਆਪਣੇ ਪਰਿਵਾਰ ਆ ਜਿਨ੍ਹਾਂ ਦੇ तकरीबन ਇਲਾਜ ਸਾਰਿਆਂ ਦਾ ਮੇਰੇ ਕੋਲ ਹੀ ਹੁੰਦਾ ਹੈ ਮੇਰੇ ਹਸਪੀਟਲ 'ਇ ਹੁੰਦਾ ਨਾਪਰੀਥ ਹਸਪੀਟਲ ਤੇ ਇਨਾਂ ਸਾਰਿਆਂ ਦਾ ਇਲਾਜ ਮੇਰੇ ਉਥੋਂ ਹੀ ਆ ਤਾਂ ਉਸੋ ਹੀ ਮੇਰੇ ਨਾਲ ਬਹੁਤ ਚੀਜ਼ਾਂ ਜੁੜੇ ਹੋਏ ਆ ਤੇ ਮੈਂ ਇਨਾਂ ਨਾਲ ਰੋਜ਼ ਦੀਨ ਚ ਮਿਲਦਾ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਹਨੂੰ ਰਾਜਕਮਾਰ ਆਪਣੀ ਵਿਰਾਸਤ ਸਮਝੀ ਬੈਠਾ ਇਸ ਏਰੀਆ ਦੀ ਸੀਟ ਨੂੰ ਉਸ ਏਰੀਆ ਦੀ ਵਿਰਾਸਤ ਨੂੰ ਛੱਡ ਕੇ ਇਹ ਆਮ ਆਦਮੀ ਪਾਰਟੀ ਦੇ ਝੋਲੀ ਲੜ ਲੱਗੇ ਆ ਸੋ ਮੈਂ ਇਹਨਾਂ ਨੂੰ ਕਦੀ ਵੀ ਇਹਨਾਂ ਦਾ ਵਿਸ਼ਵਾਸ ਜਿਹੜਾ ਉਹ ਟੁੱਟਣ ਨਹੀਂ ਦੇਵਾਂਗਾ ਮੈਂ ਜਿੱਦਾਂ 15 16 ਸਾਲ ਤੋਂ ਇਹਨਾਂ ਦੀ ਸੇਵਾ ਕਰ ਰਿਹਾ ਹਾਂ ਅੱਗੇ ਤੋਂ ਵੀ ਇਦਾਂ ਹੀ ਸੇਵਾ ਖਤਰਮ। ਪਹਿਲੀ ਵਾਰ ਚੋਣਾਂ ਲੜਦੇ ਹੋ, ਚੁਣੌਤੀਆਂ ਕਿਹੜੀਆਂ ਸਮਝਦੇ ਹੋ? ਕਿਉਂਕਿ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਦੀ ਵਿਕਾਸ ਦਾ ਨਾਮ ਹੀ ਨਾ ਲਓ, ਵਿਨਾਸ਼ ਦਾ ਨਾਮ ਲਓ ਕਿਉਂਕਿ ਹੁਣ ਰਾਜਕਮਾਰ ਨੇ ਕੀਤਾ ਹੀ ਵਿਨਾਸ਼ ਆ, ਵਿਕਾਸ ਤਾਂ ਕੀਤੇ ਕੀਤੇ ਨਹੀਂ, ਵਿਕਾਸ ਤਾਂ ਕਿਤੇ ਹੈਗਾ ਹੀ ਨਹੀਂ। ਕਿੰਨੂੰ ਵਿਕਾਸ ਕੀ ਜਾਂਦੇ? ਟੁੱਟੀਆਂ ਨਾਲੀਆਂ ਨੂੰ ਵਿਕਾਸ ਕੀ ਜਾਂਦੇ। ਟੁੱਟੇ ਸਕੂਲਾਂ ਨੂੰ ਵਿਕਾਸ ਕੀ ਜਾਂਦੇ। ਟੁੱਟੀਆਂ ਸੜਕਾਂ ਨੂੰ ਵਿਕਾਸ ਕੀ ਜਾਂਦੇ। ਗੰਦੇ ਪਾਣੀ ਯਾਰਾ ਉਹਨਾਂ ਨੂੰ ਵਿਕਾਸ ਕੀ ਜਾਂਦੇ। ਵਿਕਾਸ ਹੈਗਾ ਕਿੱਥੇ? ਮਦਕਾਵੇ ਤਾਂ ਸਹੀ ਰਾਜਕਮਾਰ ਵੇਰਕਾ। ਭੁੱਖ ਨਾਲ ਜਨਤਾ ਮਰ ਰਹੀ ਹੈ। ਰਾਜ ਇਸ ਸਾਲ ਅੱਗ ਲੱਗੀ ਗੋਲ ਮੰਡੀ ਦੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਮੈਨੂੰ ਇਹ ਮੇਰੇ ਪਰਿਵਾਰ ਜਿੰਨੇ ਵੀ ਅੱਜ ਇਕੱਠੇ ਹੋਏ ਆ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਇਹ 40 40 ਸਾਲ ਤੋਂ ਰਵਾਇਤੀ ਪਾਰਟੀ ਜਿਹੜੀ ਕਾਂਗਰਸ ਹੈ ਉਹਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੇ ਪਰ ਰਾਜਕੁਮਾਰ ਜਾਂ ਕੋਈ ਵੀ ਕਾਂਗਰਸ ਦਾ ਇੱਕ ਵੀ ਕਾਰਕੁਨ ਜਿਹੜਾ ਜਾਂ ਉਦੇਦਾਰ ਆ ਇਹਨਾਂ ਲੋਕਾਂ ਦੀ ਸਾਰ ਲੈਣ ਵਾਸਤੇ ਨਹੀਂ ਆ ਇਹਨਾਂ ਲੋਕਾਂ ਵਾਸਤੇ ਮੈਂ ਹਮੇਸ਼ਾ ਪਹਿਲਾਂ ਹੀ ਤਤਪਰਸੀ ਹੁਣ ਵੀ ਤਤਪਰ ਰਹਾਂਗਾ ਤੇ ਇਹਨਾਂ ਦਾ ਸਮਰਥਨ ਮੇਰੇ ਨਾਲ ਆ ਰਾਹੁਲ ਗਾਂਧੀ ਵੱਲੋਂ ਅੱਜ ਪੰਜਾਬ ਗਰੰਜੀਤ ਚੰਨੀ ਤੇ ਲਖਜੋਰ ਸਿੰਘ ਸਿੱਧੂ ਦੋਨੋਂ ਹੀ ਦੇਸ ਦੇ ਘੋੜੇ ਨੇ ਕੀ ਲੱਗਦਾ ਕੋਈ ਪਤਾ ਨਹੀਂ ਜੀ ਐਲਾਨ ਕਰਨਾ ਹੈ ਕਿ ਨਹੀਂ ਬਿਨਾ ਲਾੜੇ ਤੋਂ ਇਬਰਾਤਨਾ ਤੋੜ ਦੇਣੇ ਵੀ ਕੋਈ ਪਤਾ ਨਹੀਂ ਉਹਨਾਂ ਦਾ ਅਜੇ ਕੁਝ ਨਹੀਂ ਕਿਹਾ ਹੈ